Assalamu alaikum ji, I am your host, Baba ji, Save Historical Places of Pakistan, Save Gurdwaras and Temples of Pakistan, Punjab page, The Heritage of Pakistan, Pakistan Heritage Club, Shahid Shabbir Photography, and Khalsa Raj, Footsteps in Pakistan. تمام پیجز دے نال میں تہاڈا اپنا ہوسٹ بابا جی گل جدوں خالسا راج دی ہوندی ہے تے خطہ پٹھوار دے متعلق بہت زیادہ ساریاں لوکاں دی یاداں نے بہت زیادہ سارا کچھ ایسا ہے جڑا کہ خطہ پٹھوار دے نال جڑیا ہے لوکاں دا انہاں ہی فٹ سٹیپس نو میں کھوجدا ہویا اج میں پنڈ بسالی دے وچ آیا ہاں واں سنگھ ہرمندر صاحب دے نانکا پنڈ جڑا ہے بسالی ਇਹ ਬਸਾਲੀ ਦਾ ਮੇਨ ਸਕੂਲ ਜਿਹੜਾ ਉਹਦਾ ਦਰਵਾਜ਼ਾ ਗਵਰਨਮੈਂਟ ਹਾਇਰ ਸੈਕੰਡਰੀ ਸਕੂਲ ਬਸਾਲੀ ਹੈ ਕਦੇ ਇਹ ਖਾਲਸਾ ਹਾਈ ਸਕੂਲ ਹੁੰਦਾ ਸੀ ਲੇਕਿਨ ਅੱਜ ਜਿਹੜਾ ਹੈ ਇਹਦਾ ਨਾਮ ਜਿਹੜਾ ਗਵਰਨਮੈਂਟ ਹਾਈ ਸੈਕੰਡਰੀ ਸਕੂਲ ਬਸਾਲੀ ਹੈ ਯਾਨੀ ਕਿ ਤਰੱਕੀ ਕਰਕੇ ਇਹ ਕਾਲਜ ਲੈਵਲ ਤੱਕ ਪਹੁੰਚ ਗਿਆ ਹੈ ਅਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਹੋਰ ਸਿਕਿਉਰਿਟ ਫੁੱਟ ਸਟੈਪ ਲੱਭਣ ਦੇ ਵਿੱਚ ਮੈਂ ਕਾਮਯਾਬ ਹੋਇਆ ਵਾਂ ਤੁਹਾਨੂੰ ਮੈਂ ਇਸ ਤੋਂ ਪਹਿਲੇ ਕਾਫੀ ਖਾਲਸਾ ਸਕੂਲ ਔਰ ਸਿੱਖ ਪੀਰੀਅਡ ਫੁੱਟ ਸਟੈਪਸ ਦੇ ਕਾਫੀ ਨਿਸ਼ਾਨਾਤ ਜਿਹੜੇ ਨੇ ਮੈਂ ਆਲਰੇਡੀ ਦਿਖਾ ਚੁੱਕਿਆ ਵਾਂ ਉਹਨਾਂ ਨਿਸ਼ਾਨਾਤ ਨੂੰ ਖੋਜਦਾ ਕੁਝ ਮੇਰੇ ਦੋਸਤ ਜਿਹੜੇ ਨੇ ਸਿੱਖਿਜ਼ਮ ਨਾਲ ਬਿਲੋਂਗ ਕਰਦੇ ਨੇ ਜਿਹੜੇ ਉਹਨਾਂ ਨੇ ਮੈਨੂੰ ਫੁੱਟ ਸਟੈਪਸ ਦੇ ਮੁਤਲਕ ਦੱਸਿਆ ਔਰ ਮੈਂ ਕਰਦੇ ਕਰਦੇ ਇਸ ਜਗ੍ਹਾ 'ਤੇ ਆ ਪਹੁੰਚਿਆ ਵਾਂ ਅੱਜ ਦਾ ਜਿਹੜਾ ਮੇਰਾ ਟੂਰ ਹੈ ਇਹਦੇ 'ਚ ਮੈਂ ਖਾਸ ਗੱਲ ਤੁਹਾਨੂੰ ਦੱਸਦਾ ਜਾਵਾਂ ਮੈਂ ਕੁਛ ਏਰੀਆ ਕਵਰ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾਂ ਬੰਦਾ ਬਸਾਲੀ ਦੇਵੀ ਦਾਤਾ ਇਹ ਪਿੰਡ ਜਿਹੜੇ ਨੇ ਇਹ ਅੱਜ ਦੇ ਦਿਨ 'ਚ ਮੈਂ ਕਵਰ ਕਰਨੇ ਨੇ ਔਰ ਅਚਾਨਕ ਤੋਂ ਹੀ ਇਹ ਪ੍ਰੋਗਰਾਮ ਬਣਿਆ ਕੋਈ ਪ੍ਰੀ ਪਲੈਨ ਪ੍ਰੋਗਰਾਮ ਨਹੀਂ ਸੀ ਔਰ ਜਿਸ ਤਰ੍ਹਾਂ ਹੀ ਕੋਈ ਮੇਰੇ ਕੋਲ ਅਮਾਊਂਟ ਜਾਂ ਹੈਂਡਸਮ ਬਜਟ ਹੁੰਦਾ ਤਾਂ ਮੈਂ ਨਿਕਲ ਪੈਂਦਾ ਵਾਂ ਖੋਜ ਕਰਨ ਵਾਸਤੇ ਉਸ ਖੋਜ ਨੂੰ ਖੋਜਦੇ ਹੋਏ ਮੈਂ ਬਸਾਲੀ ਪਹੁੰਚਿਆ ਔਰ ਮੈਂ ਤੁਹਾਨੂੰ ਇਹ ਜਗ੍ਹਾ ਜਿਹੜੀ ਤੁਹਾਨੂੰ ਦੱਸਿਆ ਕਿ ਵੀ ਇਹ ਮੇਨ ਗੇਟ ਦੇ ਅੰਦਰ ਡਿਊ ਟੂ ਸਿਕਿਉਰਿਟੀ ਜਿਹੜਾ ਲੌਕ ਹੈ ਸਕੂਲ ਉਹਦੀ ਵਜ੍ਹਾ ਨਾਲ ਮੈਂ ਤੁਹਾਨੂੰ ਅੱਗੇ ਮਜ਼ੀਦ ਤੇ ਨਹੀਂ ਦਿਖਾ ਪਾਵਾਂਗਾ ਲੇਕਿਨ ਇਹ ਕਿ ਇਹਦੀਆਂ ਪਿਕਚਰਸ ਜਿਹੜੀਆਂ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗਾ ਕਿ ਬਈ ਬਸਾਲੀ ਜਿਹੜਾ ਉਹ ਕਿਸ ਤਰ੍ਹਾਂ ਸੀ ਔਰ ਕਿਸ ਤਰ੍ਹਾਂ ਦਾ ਸੀ ਔਰ ਕੀ ਇਹਦੀ ਜਿਹੜੀ ਸੀ ਕੁਛ ਤਾਂ ਇਹ ਜਗ੍ਹਾ ਦੱਸੀ ਜਾਂਦੀ ਹੈ ਚੱਕ ਬੇਲੀ ਖਾਨ ਰੋਡ ਦੇ ਉੱਤੇ ਮੰਦਰਾ ਟੂ ਚਕਵਾਲ ਰੋਡ ਤੋਂ ਅੰਦਰ ਆ ਕੇ ਜਾਂ ਰਵਾਤ ਤੋਂ ਅੰਦਰ ਆ ਕੇ ਬਸਾਲੀ ਅੱਗੇ ਆਉਂਦਾ ਔਰ ਬਸਾਲੀ ਡਿਸਟ੍ਰਿਕਟ ਰਾਵਲਪਿੰਡੀ ਦਾ ਇੱਕ ਅੱਛਾ ਵੱਡਾ ਪਿੰਡ ਸੀ ਔਰ ਇਹ ਖਾਲਸਾ ਪੀਰੀਅਡ ਦੇ ਫੁੱਟ ਸਟੈਪਸ ਬਾਰੇ ਜਿਹੜਾ ਨਾ ਬਹੁਤ ਜ਼ਿਆਦਾ ਮਸ਼ਹੂਰ ਹੈ ਇਹ ਉਹੀ ਸੇਮ ਆਰਕੀਟੈਕਚਰ ਹੈ ਜਿਹੜਾ ਕਿ ਪਹਿਲੇ ਹੁੰਦਾ ਸੀ ਪ੍ਰੀ ਪਾਰਟੀਸ਼ਨ ਜਿਹੜਾ ਹੁੰਦਾ ਸੀ ਇਹਦੇ ਨਾਲ ਹੀ ਸਕੂਲ ਦੇ ਨਾਲ ਤੁਸੀਂ ਦੇਖੋ ਤਾਂ ਇਸ ਪਾਸੇ ਸਰੋਵਰ ਹੈ ਇਹ ਜ਼ਰਾ ਸਰੋਵਰ ਦਿਖਾਓ ਇਹ ਸਰੋਵਰ ਹੈ ਨਾਲ ਨਾਲ ਜਿਹੜਾ ਔਰ ਮੈਂ ਬੜਾ ਖੁਸ਼ ਹੋਇਆ ਦੇਖ ਕੇ ਸਰੋਵਰ ਅੱਜ ਵੀ ਜਿਹੜਾ ਆਪਣੀ ਅਸਲ ਹਾਲਤ ਦੇ ਵਿੱਚ ਹੈ ਕਿਉਂਕਿ ਜਿੱਥੇ ਵੀ ਇਹ ਖਾਲਸਾ ਰਾਜ ਫੁੱਟ ਸਟੈਪਸ ਮਿਲਦੇ ਨੇ ਖਿੱਤਾ ਪਠਵਾਰ ਦੇ ਵਿੱਚ ਸਪੈਸ਼ਲੀ ਅਤੇ ਉੱਥੇ ਹੀ ਤੁਹਾਨੂੰ ਜਿਹੜਾ ਉਹ ਤੁਹਾਨੂੰ ਸਰੋਵਰ ਲਾਜ਼ਮੀ ਮਿਲੇਗਾ ਬੈਨੀਅਨ ਟ੍ਰੀ ਲਾਜ਼ਮੀ ਮਿਲੇਗਾ ਇਹ ਇੱਥੇ ਖਿੱਤਾ ਪਠਵਾਰ ਦੇ ਅੰਦਰ ਜਿਹੜੀ ਸੀ ਮੇਨ ਇੱਕ ਨਿਸ਼ਾਨੀ ਸੀ ਇਹ ਅਗਰ ਤੁਸੀਂ ਗੌਰ ਕਰੋ ਤਾਂ ਇਹਦੇ ਉੱਤੇ 1915 ਲਿਖਿਆ ਹੋਇਆ 1915 ਦੇ ਵਿੱਚ ਬਣਾਇਆ ਗਿਆ ਇਹ ਸਰੋਵਰ ਦਾ ਜਿਹੜਾ ਪਿਛਲਾ ਹਿੱਸਾ ਹੈ ਇਹ ਲੇਡੀਜ਼ ਪੋਰਸ਼ਨ ਹੈ ਨਹਾਉਣ ਵਾਸਤੇ ਔਰ ਇਹ ਜਿਹੜਾ ਦੂਸਰਾ ਬਾਕੀ ਓਪਨ ਜਿਹੜੀ ਸਪੇਸ ਸੀ ਇਹ ਮੇਲਜ਼ ਵਾਸਤੇ ਸੀ ਔਰ ਬਸਾਲੀ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਕਿਹਾ ਕਿ ਖਾਲਸਾ ਰਾਜ ਦੇ ਵਿੱਚ ਬਸਾਲੀ ਦਾ ਇੱਕ ਖਾਸ ਨਾਮ ਹੈ ਔਰ ਬੜੇ ਬੜੇ ਨਾਮਵਰ ਹਸਤੀਆਂ ਜਿਹੜੀਆਂ ਨੇ ਇੱਥੋਂ ਗੁਜ਼ਰੀਆਂ ਨੇ ਲੇਕਿਨ ਜਿਨ੍ਹਾਂ ਦੇ ਮੁਤਲਕ ਮੇਰੇ ਕੋਲ ਕੰਪਲੀਟ ਇਨਫੋਰਮੇਸ਼ਨ ਨਹੀਂ ਹੈ ਮੈਂ ਤੁਹਾਨੂੰ ਕਦੀ ਵੀ ਇਸ ਤਰ੍ਹਾਂ ਨਹੀਂ ਕਰਾਂਗਾ ਕਿ ਮੈਂ ਕੋਈ ਗਲਤ ਇਨਫੋਰਮੇਸ਼ਨ ਦੇਵਾਂ ਲੇਕਿਨ ਇੰਨਾ ਮੈਨੂੰ ਪਤਾ ਹੈ ਕਿ ਇੱਥੋਂ ਜਿਹੜੀਆਂ ਨੇ ਖਾਲਸਾ ਰਾਜ ਦੀਆਂ ਕਾਫੀ ਜਿਹੜੀਆਂ ਹਸਤੀਆਂ ਸਨ ਉਹਨਾਂ ਨਾਲ ਤਲਕ ਸੀ ਔਰ ਈਸਟ ਪੰਜਾਬ 'ਚ ਜਾ ਕੇ ਉਹਨਾਂ ਨੇ ਚੰਗਾ ਨਾਮ ਪੈਦਾ ਕੀਤਾ ਆਪਣਾ ਉਹਨਾਂ ਵਿੱਚੋਂ ਇੱਕ ਆਪਣੇ ਦੋਸਤ ਜਿਹੜੇ ਨੇ ਸਿੰਘ ਹਰਮਿੰਦਰ ਸਾਹਿਬ ਔਰ ਦੇਸ਼ਪਾਲ ਅਲਾਕ ਸਾਹਿਬ ਵੀ ਦੱਸ ਰਹੇ ਸਨ ਕਿ ਅਲਾਕਸ ਫੈਮਿਲੀ ਦਾ ਵੀ ਕੋਈ ਜਿਹੜਾ ਨਿਸ਼ਾਨਾਤ ਜਿਹੜੇ ਨੇ ਉਹ ਬਸਾਲੀ ਪਿੰਡ ਦੇ ਅੰਦਰ ਮਿਲਦੇ ਨੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ ਪੰਜਾਬ ਪੇਜ ਐਂਡ ਇਹ ਹੈ ਮੇਰਾ ਪਾਕਿਸਤਾਨ ਇੱਕ ਬੈਨੀਅਨ ਤੁਹਾਨੂੰ ਇਹ ਸਾਹਮਣੇ ਨਜ਼ਰ ਆ ਰਿਹਾ ਔਰ ਦੂਸਰਾ ਜਿਹੜਾ ਹੈ ਬੈਨੀਅਨ ਨੇ ਇਹ ਸਾਹਮਣੇ ਮੈਂ ਇਹ ਤਿੰਨ ਬੈਨੀਅਨਸ ਨੇ ਔਰ ਉਹਨਾਂ ਦੇ ਦਰਮਿਆਨ ਬਣੀ ਹੋਈ ਪੱਕਾ ਜਿਹੜਾ ਸਰੋਵਰ ਹੈ ਪਾਣੀ ਦੀ ਬੰਨ ਬਣੀ ਹੋਈ ਹੈ
ਲੇਕਿਨ ਸਰੋਵਰ ਮੈਂ ਇਹਨੂੰ ਇਸ ਲਈ ਕਹਾਂਗਾ ਕਿ ਇਹਦੇ ਵਿੱਚ ਪ੍ਰੋਪਰ ਸਰੋਵਰ ਵਾਲੀਆਂ ਜਿਹੜੀਆਂ ਗੱਲਾਂ ਮੌਜੂਦ ਨੇ, ਇਹਦੀਆਂ ਸੀੜੀਆਂ ਵੀ ਅੱਜ ਤੱਕ ਮੌਜੂਦ ਨੇ, ਔਰ ਇਹਦੇ 'ਚ ਲੇਡੀਜ਼ ਪੋਰਸ਼ਨ ਜਿਹੜਾ ਉਹ ਵੀ ਅਲੈਦਾ ਵੇ ਬਾਥ ਲੈਣ ਵਾਸਤੇ। ਬਰਕਫ ਰੋਡ ਨਿਕਲਣ ਦੀ ਵਜ੍ਹਾ ਨਾਲ ਸਰੋਵਰ ਥੋੜ੍ਹਾ ਜਿੰਨਾ ਛੋਟਾ ਹੋ ਗਿਆ, ਕਿਉਂਕਿ ਜਿਹੜੀ ਇਹ ਸੜਕ ਹੈ ਇਸ ਵੇਲੇ ਪਿੱਛੇ ਜਾ ਰਹੀ ਹੈ, ਇਹ ਵੀ ਸਰੋਵਰ ਦਾ ਹਿੱਸਾ ਸੀ ਕਿਸੇ ਦੌਰ ਦੇ ਵਿੱਚ। ਔਰ ਸਰੋਵਰ ਜਿਹੜਾ ਹੈ ਥੱਲੋਂ ਤੇ ਬੇਸ ਜਿਹੜੀ ਇਹਦੀ ਸਟੋਨ ਨਾਲ ਬਣਾਈ ਗਈ ਹੈ, ਔਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਜਿਹੜੀ ਬ੍ਰਿਟਿਸ਼ ਇਰਾ ਦੇ ਵਿੱਚ ਬਣੀ ਹੋਈ ਵੱਡੀ ਇੱਟ ਹੈ ਉਹਦੇ ਨਾਲ ਇਹਨੂੰ ਬਣਾਇਆ ਗਿਆ, ਔਰ ਉਸ ਤੋਂ ਬਾਅਦ ਫਿਰ ਉੱਤੇ ਜਿਹੜਾ ਇੱਥੇ ਦਾ ਲੋਕਲ ਸੈਂਡ ਸਟੋਨ ਯੂਜ਼ ਕੀਤਾ ਗਿਆ। ਇਹ ਦੇਖੋ ਤੁਸੀਂ ਥੱਲੇ ਸਰੋਵਰ ਦੇ ਵਿੱਚ ਲੱਗੀ ਹੋਈ ਇੱਟ ਜਿਹੜੀ ਹੈ ਇਹ ਨਾਨਕ ਸ਼ਾਹੀ ਹੈ, ਔਰ ਉਸ ਤੋਂ ਉੱਤੇ ਜਿਹੜਾ ਬ੍ਰਿਟਿਸ਼ ਰਾਜ ਦੀ ਹੈ, ਔਰ ਬ੍ਰਿਟਿਸ਼ ਰਾਜ ਤੋਂ ਬਾਅਦ ਤੁਹਾਨੂੰ ਇੱਥੇ ਦਾ ਲੋਕਲ ਸਟੋਨ ਜਿਹਨੂੰ ਕਿ ਇੱਥੇ ਪੜੀ ਕਿਹਾ ਜਾਂਦਾ ਸੀ। ਇਹ ਦੇਖੋ ਇਹ ਪੜੀਆਂ ਲੱਗੀਆਂ ਹੋਈਆਂ ਨੇ, ਔਰ ਪੜੀ ਤੋਂ ਬਾਅਦ ਜਿਹੜਾ ਕਿਨਾਰਾ ਪੂਰਾ ਜਿਹੜਾ ਉਹ ਸੈਂਡ ਸਟੋਨ ਨਾਲ ਬਣਾਇਆ ਗਿਆ। ਸੈਂਡ ਸਟੋਨ ਜਿਹੜਾ ਹੈ ਕਿ ਸਾਡੇ ਇਲਾਕੇ ਦੀ ਖਾਸ ਪਹਿਚਾਣ ਹੈ ਖਿੱਤਾ ਪਠਵਾਰ ਦੀ, ਕਿ ਰੇਤਲਾ ਪੱਥਰ ਜਿਹੜਾ ਬਹੁਤ ਜਲਦੀ ਟੁੱਟ ਜਾਂਦਾ ਔਰ ਉਹਨੂੰ ਆਸਾਨੀ ਨਾਲ ਸ਼ੇਪ ਦਿੱਤੀ ਜਾ ਸਕਦੀ ਹੈ, ਇਸ ਵਾਸਤੇ ਇਹਨੂੰ ਸੈਂਡ ਸਟੋਨ ਕਿਹਾ ਜਾਂਦਾ। ਸੈਂਡ ਸਟੋਨ ਤੁਹਾਨੂੰ ਜੇਹਲਮ ਤੋਂ ਲੈ ਕੇ ਔਰ ਜੇਹਲਮ ਸਿਟੀ ਦੇ ਸਰਾਊਂਡਿੰਗ ਵਾਲੇ ਏਰੀਆ ਚਕਵਾਲ ਤੋਂ ਲੈ ਕੇ ਅਤੇ ਇਹ ਤੁਹਾਨੂੰ ਸਵਾਤ ਤੱਕ ਜਿਹੜਾ ਔਰ ਇੰਡਸ ਵੈਲੀ ਸਿਵਿਲਾਈਜੇਸ਼ਨ ਦੇ ਵਿੱਚ ਇਹਦੇ ਬਹੁਤ ਜ਼ਿਆਦਾ ਸਾਰੇ ਨਿਸ਼ਾਨਾਤ ਮਿਲਦੇ ਨੇ। ਅਤੇ ਫਿਰ ਦੇਖਦੇ ਰਹੋ ਖਾਲਸਾ ਰਾਜ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਇਹ ਬੈਨੀਅਨ ਟ੍ਰੀ ਜਿੱਥੇ ਲੋਕ ਅੱਜ ਵੀ ਆ ਕੇ ਬੈਠਦੇ ਨੇ, ਛਾਂ ਦੇ 'ਚ ਬੈਠਦੇ ਨੇ ਔਰ ਆਪਣੇ ਰੈਸਟ ਕਰਦੇ ਨੇ, ਲੇਕਿਨ ਪਾਣੀ ਹੁਣ ਨਹਾਉਣ ਦੇ ਕਾਬਲ ਨਹੀਂ ਰਿਹਾ ਕਿਉਂਕਿ ਘਰ ਘਰ ਜਿਹੜੇ ਨੇ ਉਹ ਟਿਊਬਵੈੱਲ ਘਰ ਘਰ ਮੋਟਰਾਂ ਲੱਗਣ ਦੇ ਬਾਅਦ ਇਹਦੀ ਕੋਈ ਖਾਸ ਜਿਹੜੀ ਹੈ ਉਹ ਜ਼ਰੂਰਤ ਨਹੀਂ ਹੈ, ਲੇਕਿਨ ਹੁਣ ਵੀ ਮਾਲ ਡੰਗਰ ਜਿਹੜਾ ਹਲੇ ਵੀ ਇੱਥੋਂ ਪਾਣੀ ਪੀਂਦਾ। ਗੱਲ ਆਉਂਦੀ ਹੈ ਕਿ ਖਾਲਸਾ ਹੈਂਡਸ ਦੇ ਨਾਲ ਇਹ ਸਾਰੀਆਂ ਚੀਜ਼ਾਂ ਬਣੀਆਂ ਹੋਈਆਂ ਇਸ ਚੀਜ਼ ਦੀ ਨਿਸ਼ਾਨੀ ਹੈ। ਗੱਲ ਇਸ ਸਮੇਂ ਦੀ ਆ ਜਾਂਦੀ ਹੈ ਇਹਨਾਂ ਚੀਜ਼ਾਂ ਨੂੰ ਸਾਂਭਣ ਦੀ, ਅਤੇ ਉਹ ਕਿਸੇ ਹੱਦ ਤੱਕ ਪਾਕਿਸਤਾਨ ਨੇ ਇਹ ਔਰ ਸਾਡੇ ਲੋਕਾਂ ਨੇ ਇਹਨਾਂ ਨੂੰ ਪ੍ਰਿਜ਼ਰਵ ਕਰਕੇ ਰੱਖਿਆ ਹੋਇਆ, ਇਹਨਾਂ ਚੀਜ਼ਾਂ ਨੂੰ ਹਲੇ ਤੱਕ ਜਿਹੜਾ ਉਹ ਪ੍ਰਿਜ਼ਰਵ ਕਰਕੇ ਰੱਖਿਆ ਹੋਇਆ, ਔਰ ਇਹ ਚੀਜ਼ਾਂ ਜਿਹੜੀਆਂ ਨੇ ਹਲੇ ਤੱਕ ਆਪਣੀ ਓਰਿਜਨਲ ਹਾਲਤ ਵਿੱਚ ਬਾਕੀ ਨੇ। ਕਿਤੇ ਸੁਣਨ ਦੇ ਵਿੱਚ ਸ਼ਿਕਾਇਤ ਆਉਂਦੀ ਹੈ ਕਿ ਖਾਲਸਾ ਰਾਜ ਦੇ ਜਿਹੜੇ ਫੁੱਟਸਟੈਪਸ ਨੇ ਉਹ ਈਸਟ ਪੰਜਾਬ ਦੇ ਵਿੱਚ ਬੜੀ ਤੇਜ਼ੀ ਨਾਲ ਮਿਟਦੇ ਜਾ ਰਹੇ ਨੇ, ਲੇਕਿਨ ਵੈਸਟ ਪੰਜਾਬ ਦੇ ਅੰਦਰ ਤੁਸੀਂ ਅਗਰ ਅੱਜ ਵੀ ਦੇਖੋ ਤਾਂ ਮੇਰੇ ਸੋਹਣੇ ਪਾਕਿਸਤਾਨ ਦੇ ਅੰਦਰ ਖਾਲਸਾ ਰਾਜ ਦੇ 70% ਤੋਂ ਉੱਤੇ ਫੁੱਟਸਟੈਪਸ ਅੱਜ ਵੀ ਬਾਕੀ ਨੇ। ਅਗਰ ਕੋਈ ਖਰਾਬ ਹੁੰਦਾ ਜਾਂ ਟੁੱਟ ਜਾਂਦਾ ਤਾਂ ਉਹ ਸਿਰਫ਼ ਔਰ ਸਿਰਫ ਜਿਹੜਾ ਕਿਸੇ ਦੀ ਬੇਗੋਰੀ ਜਾਂ ਉਹਦੇ ਨਾਲ ਨਹੀਂ ਹੈ, ਉਹ ਤਾਂ ਸਿਰਫ ਵਕਤ ਆਉਣ ਦੇ ਉੱਤੇ ਚੀਜ਼ਾਂ ਖਤਮ ਹੋ ਜਾਂਦੀਆਂ ਨੇ, ਔਰ ਚੀਜ਼ਾਂ ਜਿਹੜੀਆਂ ਨੇ ਉਹ ਕੁਛ ਤਾਂ ਡਿਮੋਲਿਸ਼ ਕੀਤੀਆਂ ਜਾਂਦੀਆਂ ਨੇ, ਕੁਛ ਹੋ ਜਾਂਦੀਆਂ ਨੇ। ਜਿੱਥੋਂ ਲੋਕ ਅੱਜ ਵੀ ਬੈਨੀਫਿਟ ਲੈਂਦੇ ਹੋਣ ਜਿਨ੍ਹਾਂ ਚੀਜ਼ਾਂ ਤੋਂ, ਉਹਨਾਂ ਚੀਜ਼ਾਂ ਨੂੰ ਕੌਣ ਖਤਮ ਕਰੇਗਾ? ਉਹਨਾਂ ਚੀਜ਼ਾਂ ਨੂੰ ਕੋਈ ਵੀ ਖਤਮ ਨਹੀਂ ਕਰਦਾ ਔਰ ਨਾ ਹੀ ਕਿਸੇ ਦਾ ਦਿਲ ਕਰਦਾ। ਇਹ ਲੋਕ ਇੰਨਾ ਹੀ ਪਿਆਰ ਅੱਜ ਵੀ ਉਹਨਾਂ ਚੀਜ਼ਾਂ ਦੇ ਨਾਲ ਕਰਦੇ ਨੇ, ਜਿੰਨੇ ਬੈਨੀਅਨ ਟ੍ਰੀ ਨੇ, ਜਿੰਨੇ ਬੋਰਡਾਂ ਨੇ, ਬਾਬਾ ਬੋਰਡ ਨੇ, ਇਹਨਾਂ ਦੇ ਅੱਗੇ ਬਕਾਇਦਾ ਤੌਰ 'ਤੇ ਪੱਥਰ ਲਾ ਕੇ ਉਹਨਾਂ ਨੂੰ ਪ੍ਰਿਜ਼ਰਵ ਕੀਤਾ ਗਿਆ। ਮੈਂ ਜਿਸ ਪਿੰਡ 'ਚ ਵੀ ਗਿਆ ਵਾਂ, ਮੈਨੂੰ ਕਿਤੇ ਵੀ ਬੋਰਡ ਦਾ ਦਰਖਤ ਐਸਾ ਨਜ਼ਰ ਨਹੀਂ ਆਇਆ ਕਿ ਜਿਹਨੂੰ ਕਿਸੇ ਨੇ ਵੱਢਿਆ ਹੋਵੇ, ਕਿਸੇ ਨੇ ਟੁੱਕਿਆ ਹੋਵੇ ਜਾਂ ਉਹਦੀ ਭੈੜੀ ਹਾਲਤ ਕੀਤੀ ਹੋਵੇ। ਤੁਸੀਂ ਦੇਖ ਰਹੇ ਹੋ ਅੱਜ ਪਿੰਡ ਬਸਾਲੀ, ਬਹੁਤ ਡਿਮਾਂਡ ਸੀ ਮੇਰੇ ਦੋਸਤਾਂ ਦੀ, ਬੜੇ ਦੋਸਤ ਕਹਿੰਦੇ ਸਨ ਕਿ ਡਿਸਟ੍ਰਿਕਟ ਰਾਵਲਪਿੰਡੀ ਦਾ ਇੱਕ ਪੁਰਾਣਾ ਛੋਟਾ ਜਿਹਾ ਸ਼ਹਿਰ ਜਾਂ ਟਾਊਨ ਜਿਹੜਾ ਸੀ ਉਹ ਬਸਾਲੀ ਸੀ, ਬਸਾਲੀ ਤੁਸੀਂ ਦਿਖਾ ਦਿਓ। ਚਲੋ, ਮੈਂ ਬਸਾਲੀ ਦੀ ਸਭ ਤੋਂ ਜਿਹੜੀ ਮਸ਼ਹੂਰ ਚੀਜ਼ ਸੀ ਉਹ ਸੀ ਇੱਥੇ ਦੀ ਪਾਣੀ ਦੀ ਬੰਦ, ਔਰ ਇੱਥੇ ਦਾ ਸਕੂਲ ਜਿਹੜਾ ਕਿ ਇੰਟਰ ਹੁੰਦਿਆਂ ਨਾਲ ਹੀ ਮੌਜੂਦ ਸੀ। ਹੁਣ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਪਿੰਡ ਦਾ ਗੁਰਦੁਆਰਾ ਵੀ ਦਿਖਾਵਾਂ ਅਗਰ ਉਹ ਕਿਸੇ ਹਾਲਤ ਵਿੱਚ ਬਾਕੀ ਹੈ। ਅਗਰ ਮੈਂ ਉਹ ਨਾ ਮਿਲਿਆ ਤਾਂ ਮੈਂ ਮਾਜ਼ਰਤ ਚਾਹੁੰਦਾ ਵਾਂ, ਕਿਉਂਕਿ ਜ਼ਮਾਨੇ ਦੀ ਸਿਤਮ ਜ਼ਰੀਫੀ ਔਰ ਵਕਤ ਦੇ ਨਾਲ ਨਾਲ 79 ਸਾਲ ਗੁਜ਼ਰ ਗਏ ਨੇ, 69 ਸਾਲ ਗੁਜ਼ਰ ਗਏ ਆਜ਼ਾਦੀ ਨੇ, ਤਾਂ ਉਸ ਤੋਂ ਬਾਅਦ ਹੁਣ ਚੀਜ਼ਾਂ ਕਾਫੀ ਜਿਹੜੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਕਿ ਕੱਚੀ ਮਿੱਟੀ ਦੀਆਂ ਬਣੀਆਂ ਸਨ ਉਹ ਖਰਾਬ ਹੋ ਗਈਆਂ ਨੇ, ਉਹ ਗਿਰ ਗਈਆਂ ਨੇ, ਉਹ ਟੁੱਟ ਗਈਆਂ ਨੇ।
ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਦੇਖਦੇ ਰਹੋ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ।